वाहगुरु जी का खालसा वाहगुरु जी की फतेह जी। अज तुसी जिहड़े बजुर्ग नूं आ जमीन ते पिआं नूं देखदे हो, ये बापू दारा सिंह जी है जी, ते बाबा बकाला साहब की धरती तो बापू जी की सेवा मिली है सानू। ये वीर जिहड़े तुसी खड़े देखे आ जां पट्टियां कर रहे आ वीर, ये वीर सुखजिंदर हुणी आ वीर, चार वीर ने इन्होंने बापू जी की निज्जर पिंड तो आ वीर, इन्होंने सेवा की। तो असं अज बेनती करते हैं सारे नौजवानों, जो थानू भी कोई इदा का इंसान सड़क पर पिया जां किसी गुरु घर के बहर जां किसी मंदिरां दे जां पुलां दे थले जां सड़कां दे उपर कितें पिया मिलदा हुंदा जिहदा जख्मी हालात होण तां बहुत माड़ी कंडीशन नाल जूझ रहा होवे, ते उहदी इन्हां वीरां वांग मदद करिया करो। देखो किवें वीरां ने कीड़े साफ किए, पर जिन्नी कोशिश कर सकते पूरी सफाई की। तो उस तो बाद अज साढ़े कोल सेवा लई पहुंचिया वीर लैके बाबा जी नूं। देखो बापू दारा सिंह जी का की हाल सीगा जी। हाँ बापू, नाम की है तुहाडा? दारा सिंह। सन ऑफ? मिंदर सिंह। पिंड केड़ा वा? जयंतीपुर लागे तलवंडी पखड़। जयंतीपुर लागे पिंड वा? पखड़पुरा तलवंडी आ, तलवंडी पिंड आ। तलवंडी पिंड वा जयंतीपुर लागे, ठीक है। किन्ने दिन हो गए इत्थे रहिंदे नु? इत्थे टंकी थल्ले 7-8 दिन हो गया। ते लत्त नु की गल होई आ? लत्त नु इदां ही सारा लगदा, सट्ट लगी आ। ते कोई इलाज लूज करवाया इहदा? तरलोचन कौन आ? तरलोचन कौन वा? ब्यास खड़िया नहीं फिर उहने? आया ही नहीं उदण दा, तो फिर कातो सद्या? तरलोचन है कौन वा? मिला सकदा सानू उहदे नाल कि नहीं? कित्थे गा घर? मैं चल जाना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਜਿਹੜੇ ਚਿਹਰੇ ਨੂੰ ਆਪਣੀ ਸਕਰੀਨ 'ਤੇ ਦੇਖਿਆ, ਇਸ ਬਜ਼ੁਰਗ ਦਾ ਨਾਮ ਦਾਰਾ ਸਿੰਘ ਆ ਜੀ, ਅਤੇ ਸਨ ਆਫ ਮਹਿੰਦਰ ਸਿੰਘ ਆ, ਅਤੇ ਪਿੰਡ ਬਾਪੂ ਦੱਸਦੇ ਤਲਵੰਡੀਆਂ ਵਾ, ਤਲਵੰਡੀ ਆ ਅਤੇ ਬਟਾਲੇ ਦੇ ਕੋਲ। ਬਾਪੂ ਕਿਹੜਾ ਪੂਰਾ ਪਿੰਡ ਦਾ ਨਾਂ ਦੱਸਿਓ? ਤਲਵੰਡੀ ਖੁੰਮਣ ਪਾਖਰਪੁਰਾ ਬਟਾਲਾ ਰੋਡ 'ਤੇ। ਪਾਖਰਪੁਰਾ ਬਟਾਲਾ ਰੋਡ 'ਤੇ ਤਲਵੰਡੀ ਖੁੰਮਣ ਪਿੰਡ ਆ ਬਾਪੂ ਦਾ। ਖੁੰਮਣ ਖੁੰਮਣ ਕਰਕੇ ਪਤਾ ਲੱਗਦਾ। ਬਾਪੂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ, ਆ ਦੋਨੇ ਪੈਰਾਂ ਦੇ ਗਲੇ ਹੋਏ ਪੈਰ ਆ ਬਾਪੂ ਦੇ, ਅਤੇ ਅੱਜ ਤਾਂ ਹਾਲਾਤ ਬਹੁਤ ਠੀਕ ਆ, ਫਿਰ ਵੀ ਵੀਰ ਦੱਸਦੇ ਆ। ਅਤੇ ਕਰੀਬ ਅੱਜ ਤੋਂ 20 ਦਿਨ ਪਹਿਲਾਂ ਵੀਰ ਹੁਣੀ ਇਸ ਬਾਪੂ ਜੀ ਦਾ ਇਲਾਜ ਕਰਵਾ ਰਹੇ ਸੀਗੇ। ਇਹ ਛੋਟਾ ਵੀਰ ਆ ਸਾਡਾ, ਛੋਟੇ ਵੀਰ ਕੀ ਨਾਂ ਤੁਹਾਡਾ? ਸੁਖਜਿੰਦਰ ਸਿੰਘ। ਤੁਸੀਂ ਕਿੱਥੋਂ ਆ? ਨਿੱਜਰ ਆ, ਪਿੰਡ ਦੇ ਨਿੱਜਰ ਰਹੀਏ। ਤੁਹਾਡਾ ਕੀ ਨਾਂ? ਤੁਹਾਡਾ? ਤੁਹਾਡਾ ਵੀਰੇ? ਨਵਜੋਤ। ਵੀਰੇ ਤੁਹਾਡਾ? ਨਾਮ ਸਿੰਘ। ਨਾਮ? ਇਹ ਚਾਰੋਂ ਵੀਰ ਬਟਾਲੇ ਉੱਥੋਂ ਆਏ ਨੇ ਵੀਰ, ਬਾਬਾ ਬਕਾਲਾ ਸਾਹਿਬ ਗੁਰੂ ਘਰ ਸਾਡੇ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਧਰਤੀ ਆ, ਜਿੱਥੇ ਗੁਰੂ ਸਾਹਿਬ ਨੇ ਜਾਣੀ ਕਿ ਚਰਨ ਪਾਏ ਹੋਏ ਆ, ਉਸ ਧਰਤੀ ਤੋਂ ਇਹ ਬਜ਼ੁਰਗ ਆਏ ਨੇ। ਬਜ਼ੁਰਗ ਬਾਬਾ ਬਕਾਲਾ ਸਾਹਿਬ ਗੁਰੂ ਘਰ ਦੇ ਵਿੱਚ ਤਾਂ ਗਏ ਸੀ ਵੀ ਇਹਨਾਂ ਨੂੰ ਕੋਈ ਓਟ ਆਸਰਾ ਮਿਲੂਗਾ। ਉੱਥੇ ਬਾਪੂ ਜੀ ਦੇ ਪੈਰ ਦੇ ਉੱਪਰ ਸੱਟ ਵੱਜ ਗਈ ਸੀ, ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਰਿਕਸ਼ਾ ਵਗੈਰਾ ਚਲਾਉਂਦੇ ਸੀਗੇ। ਸੱਟ ਵੱਜਣ ਤੋਂ ਬਾਅਦ ਬੰਦਾ ਜਦੋਂ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਕੋਈ ਕੰਮ ਨਹੀਂ ਆਉਂਦਾ ਤਾਂ ਉਦੋਂ ਫਿਰ ਬੰਦਾ ਕਿਹਦੇ ਕੋਲ ਜਾਂਦਾ ਜੀ? ਉਦੋਂ ਬੰਦਾ ਗੁਰੂ ਘਰ ਦਾ ਓਟ ਆਸਰਾ ਲੈਂਦਾ, ਉਸ ਅਕਾਲ ਪੁਰਖ ਦੇ ਘਰ ਜਾ ਕੇ ਉਹਦੇ ਚਰਨਾਂ ਦੇ ਵਿੱਚ ਬਹਿੰਦਾ ਵੀ ਸ਼ਾਇਦ ਉੱਥੇ ਜਾ ਕੇ ਮੇਰੀ ਕੋਈ ਹੈਲਪ ਕਰ ਦੇਵੇ, ਜੇ ਸ਼ਾਇਦ ਉੱਥੇ ਕੋਈ ਚੰਗੇ ਦਿਲ ਵਾਲਾ ਇਨਸਾਨ ਆ ਕੇ ਮੇਰੀ ਮਦਦ ਕਰ ਦੇਵੇ। ਪਰ ਉੱਥੇ ਸਾਡੇ ਹਾਲਾਤ ਅੱਜ ਕੱਲ੍ਹ ਇੱਦਾਂ ਦੇ ਹੋਏ ਹੋਏ ਆ, ਗੁਰੂ ਘਰਾਂ ਦੇ ਸਾਡੇ ਪ੍ਰਬੰਧਕਾਂ ਨੇ ਸਿਰਫ ਪੈਸੇ ਇਕੱਠੇ ਕਰਨੇ ਅਤੇ ਉੱਥੇ ਬਿਲਡਿੰਗਾਂ ਪਾਉਣੀਆਂ ਵੱਡੀਆਂ ਵੱਡੀਆਂ ਅਤੇ ਸੰਗਮਰਮਰ ਲਾਉਣਾ, ਪੱਥਰ ਲਾਉਣੇ ਚਿੱਟੇ ਸੋਹਣੇ, ਇਹਦੇ 'ਤੇ ਜ਼ੋਰ ਲੱਗਿਆ ਹੋਇਆ। ਬਾਪੂ ਜੀ ਦੱਸਦੇ ਆ ਵੀ ਗੁਰੂ ਘਰ ਦੇ ਵਿੱਚ ਬਾਹਰ ਜਿੱਥੇ ਪਾਰਕਿੰਗ ਬਣੀ ਹੋਈ ਸੀ, ਗੱਡੀਆਂ ਕਾਰਾਂ ਖੜ੍ਹਦੇ, ਜਿੱਥੇ ਲੱਖਾਂ ਕਰੋੜਾਂਪਤੀ ਲੋਕ ਜਾ ਕੇ ਗੱਡੀਆਂ ਖੜਾਉਂਦੇ ਆ, ਉਸ ਪਾਰਕਿੰਗ ਦੇ ਵਿੱਚ ਪਿਆ ਸੀ ਪਿਛਲੇ ਕਿੰਨੇ ਸਮੇਂ ਤੋਂ ਪਏ ਸੀ? ਪਿਛਲੇ ਇੱਕ ਮਹੀਨੇ ਤੋਂ। ਬਾਪੂ ਜੀ ਤੁਸੀਂ ਪ੍ਰਸ਼ਾਦਾ ਛਕਣ ਫਿਰ ਕਿੱਥੇ ਜਾਂਦੇ ਸੀ? ਅੰਦਰ ਜਾਂਦੇ ਸੀ? ਹਾਂਜੀ, ਅੰਦਰ ਜਾਂਦਾ ਹੁੰਦਾ ਪ੍ਰਸ਼ਾਦਾ ਲੈਣ। ਪ੍ਰਸ਼ਾਦਾ ਫਿਰ ਅੰਦਰ ਗੁਰੂ ਘਰ ਲੰਗਰ 'ਚ ਜਾ ਕੇ ਛਕਦੇ ਹੋ? ਲੰਗਰ 'ਚ ਨਹੀਂ, ਲੈ ਕੇ ਬਾਹਰ ਆ ਜਾਂਦਾ, ਅਸੀਂ ਇੱਥੇ ਬੈਠਾ ਹਾਂ। ਅੱਛਾ ਜੀ, ਤੁਹਾਨੂੰ ਅੰਦਰ ਲੰਗਰ 'ਚ ਬੈਠ ਕੇ ਵੜਨ ਦਿੰਦੇ ਸੀ ਉਹ? ਅੰਦਰ ਜਾਣ ਦਿੰਦੇ ਸੀ ਹਾਲ ਦੇ ਵਿੱਚ। ਪ੍ਰਸ਼ਾਦਾ ਪਾਣੀ ਵਧੀਆ ਮਿਲਦਾ ਸੀ? ਪ੍ਰਸ਼ਾਦਾ ਜੋੜਾ ਪਾ ਕੇ ਮੈਂ ਚੱਲ ਜਾਂਦਾ ਹਾਂ ਲੰਗਰ ਦੇ ਗੇਟ ਦੇ ਬਾਰੇ। ਗੇਟ ਤੇ ਕਰ ਤੇ ਉਹਨਾਂ ਨੇ ਤੁਹਾਡਾ ਕਦੇ ਇਲਾਜ ਲਈ ਨਹੀਂ ਕਿਹਾ ਵੀ ਤੇਰਾ ਇਲਾਜ ਕਰਵਾ ਦਿੰਦੇ? ਮਹਾਰਾਜ ਪੱਟੀ ਕਰਾਉਂਦੇ ਰਹੇ ਜਾ ਕੇ। ਨਹੀਂ, ਇਹ ਤਾਂ ਕਰਵਾਉਂਦੇ ਸੀਗੇ ਕੋਈ ਹੋਰ ਗੁਰਦੁਆਰਾ ਸਾਹਿਬ ਵੱਲੋਂ, ਕਮੇਟੀ ਵੱਲੋਂ? ਕੋਈ ਨਹੀਂ ਪੱਟੀ। ਦੇਖੋ ਕਿੱਡਾ ਗੁਰੂ ਘਰ ਸਾਹਿਬ ਆ ਸਾਡੇ, ਤੁਹਾਨੂੰ ਦੱਸਿਆ ਜਿਵੇਂ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਲੱਖਾਂ ਕਰੋੜਾਂ ਲੋਕ ਨਮਸਤਕ ਹੋਣ ਲਈ ਜਾਂਦੇ ਆ, ਉਸ ਗੁਰੂ ਘਰ 'ਚ ਕਰੋੜਾਂ ਦਾ ਜਿੱਥੇ ਜਾਣੀ ਕਿ ਸੰਬੰਧ ਇਕੱਠਾ ਹੁੰਦਾ,
उस गुरु घर के भी बापू जी एक महीने तो रह रहे हैं, कोई इलाज का इंतजाम नहीं किया, किसी ने हॉस्पिटल लैके जाने की कोशिश नहीं की। जिहड़ी साडी एस जी पी सी श्रोमणी कमेटी है जिहदा पंजाब नालों भी वड्डा बजट आ, ते जिहड़ियां साडियां सरकारां दी धन लायकियां है ही है, ते साडी जिहड़ियां धार्मिक जथेबंदियां वा जिहड़ा साडा एक धरोहर आ उन्हां दा भी बहुत वड्डा हत्थ आ। इदां दे गुरसिख बजुर्गां नूं इदां दे हालातां दे विच कीड़ियां तों खाधा जाणा ते पर धन्नवाद करदे आ असीं इह वीर दा जिहड़ा वीर ने एडा वड्डा उपराला कीता। इन्हां चारां वीरां ने साडे तिकर बापू नूं पहुंचाया, पहला बापू नूं चाके हॉस्पिटल लै गए, अज तो 15 दिन पहला पट्टियां कराईया बापू जी दीआं, कीड़े इन्ने ज़्यादा सीगे जख्मां दे विच, वीर दसदे आ वी डॉक्टर ने भी पहला तो पट्टी करन तो मना करता सीगा, फिर वीरां ने होर हॉस्पिटल दे विच किसे च लैके गए, उत्थे ले जाके पट्टी वगैरह करवाई, ड्रैसिंग 2-3 वारी कराई तां थोड़ा जख्म अगे नाल ठीक हो गया। पर वीरां ने साडे नाल संपर्क किया, बेनती की भी जे बापू हुण भी रोड ते ही पिया रहा तां जख्म वधी जाणा ते कीड़े फिर पै जाणगे, भी इहदा कोई फायदा नहीं होना साडे इलाज करवाए दा। ते पर वाहिगुरू ने कृपा करी, साडी टीम नूं बापू जी दी सेवा लाई आ, वीर बाबा बकाला साहब तो लैके पहुँचे आ बापू दारा सिंह सन महिंदर सिंह, जदों बापू का नाम दारा सिंह रखा गया उस तुसीं सोच सकते हो भी दारा सिंह किस चीज़ का प्रतीक आ, पर जो दारा सिंह भी साडे सिस्टम दे साडे अजकल दे हालातों दे निगरती हुई सोच दे मूहरे हार गया, लत्तां दे एडे एडे वड्डे जख्म लई बैठा गुरु घर दे बाहर एक महीने तो अड़ीक रहा सी, किसे नूं शायद कोई बढ़ूगा, पर रब दे रूप च वीर पहुँचे जिन्हां ने साडे तिकर बापू जी नूं बचाया, ते असीं वाहिगुरू अगे अरदास करदे हां वी असीं बापू जी दी सेवा कर सकीए, बापू जी दी लत्त नूं बचा सकीए, बापू जी ठीक हो के अपनी जिंदगी ज्यों सकन। ते इक बेनती भी करदे हां तां उहनां वीरां दा जिन्हां ने बापू नूं देख के वी अणदेख्या करिया, जिहड़े गुरु घर च अरदासां करन लई आपदे लई सुखां सुखदे आ, जाके आपदे लई मनोकामनावां मंगदे आ, उहनां लई वी प्लीज़ ध्यान रख्या करो, जदों तुसीं आपदी महंगी गड्डी 'च उतर के बाहर जाते हो तुर के तुहानूं बहुत इदां दे इनसान मिलदे आ जिहड़े उत्थे सिर्फ इसे लई बैठे हुंदे आ वी तां जो उहनां दी शायद कोई मदद कर देवे, उहनां वल्ली इक अख पट के जरूर देखिया करो, ध्यान दिया करो वी शायद अंदर जाण तों पहलां ही तुसीं कोई इदां दा कार्ज कर देवो वी अंदर बैठा तुहाडा वाहिगुरू तुहाडा अकाल पुरख तुहातों खुश हो के तुहातों बिना मंगियां तों तुहानूं कोई ना कोई चीज़ जिहड़ी तुहानूं चाहीदी उह दे देवे। इदां दी सोच बनाईए आपां, ना कि आपां इह सोच बनाईए वी अंदर जाके आपां 5,000 दा 5,100 दा प्रसाद कराउणा जां 5 लाख दा टाइम पीस चढ़ाउणा जां देसी घ्यो दीआं ट्राले चढ़ाउणे आ, उहदे नाल पूरियां नहीं हुंदियां अरदासां, उहदे नाल कोई तुहाडियां मनोकामनां पूरियां नहीं हुंदियां। आ रब दे रूपी बंदे जिहड़े जिन्ना चिर गुरद्वारां दे बाहर साडे इदां कीड़ियां नाल खाधे जाणगे ते तुहाडियां मनोकामनां पूरियां नहीं होणगियां। साडी इन्नी की बेनती है, छोटा जिहा मैसेज आ साडे वल्लियों, साडी इन्नी औकात नहीं ना साडी इन्नी हैसियत आ वी असीं तुहाडे वर्गे सूझवान वीरां नूं इदां दा कोई सुझाव दे सकीए, पर देख के दिलों भूख निकलती है, दिल नूं दुख लगता तां तुहानूं इदां दीआं बेनतियां करदे आ, प्लीज़ रिक्वेस्ट आ जरूर ध्यान दिया करो तां जो इह सुखजिंदर वीर उहनां नूं अवेयर हो के तुसीं भी किसी की मदद कर सको। तो बेनती करते हैं बापू जी रिश्तेदार कोई दोस्त मित्र जाण वाला पहचान वाला जे कोई संपर्क करना चाहुंदा तां साडे नंबर 9780300071 आ जी, ते 8288 ते 0000071 आ जी, इन्हां दोनों नंबरां ते संपर्क कर सकते हो। बापू जी नूं बिल्कुल काके नेड़े दिखा दे ते देख सकते हो तुसीं, जे कोई पहचान दा जाणदा तां साडे नाल जरूर संपर्क करिओ। ते बापू जी दे हालात आ जिहड़े जख्मां दे उह तुहानूं असीं दिखा ही दित्ते आ, ते अज वीर साडे कोल पहुंचे आ, असीं धन्नवाद करदे आ उहनां वीरां दा वी इहनां दी सोच नूं सल्यूट करदे आ वी जिहड़े वीरां ने बापू नूं इस हालात 'च इन्नी गंदी स्मैल आउंदी अपनी गड्डी 'च बिठा के लै के आंदा ते साडे तिकर पहुँचाया, धन्नवाद करदे आ असीं। ते इदां दी सोच जरूर अपनाओ, जे तुसीं होर नहीं कुछ कर सकते इन्ना कु तां कार्ज कर ही सकते हो तुसीं वी किसी नूं चंगी थां ते पहुँचा सको जी। तो इन्नियां कि बेनतियां ते जानकारियां सीगियां जिहड़ियां तुहाडे नाल सांझियां करनियां सीगियां जी। ते इक साडे कोल इधर तुसीं जिवें देखदे हो साडे फीमेल मैंबर बैठे ने, उह भैण उहनी विच आ गई सी थोड़ा जिहा क्योंकि उहदी मैंटली हालात ठीक नहीं भैण दे रिहाना दे, ते असीं इदां ही एक छोटा जिहा शैल्टर चला रहे हां। इस साइड भी देखो जिद्दां किवें तरपालां दे विच तंबू लगा के असीं अपने परिवार मैंबरां दी देख रेख करते हैं, साडे कोल शैल्टर की थोड़ी कमी आ, इस करके बापू नूं बुलाउण दे विच सानूं 20 तों 25 दिन लग गए घट्टो घट्ट, वीर सानूं 20-25 दिनों तो संपर्क कर रहे सीगे, पर असीं सोच रहे शायद वीर उहने आपदे लैवल ते ठीक कर लैणगे, पर जदों कुछ ना हो सकिया तां सच्चे पातशाह ने बापू जी नूं साडे कोल भेजिआ, साडी सेवा लाई आ, उस अकाल पुरख की मर्जी तो बिना पत्ता नहीं हिलदा। बापू जी
ਜਿਹੜੀ ਸੇਵਾ ਜੇ ਸਾਡੇ ਭਾਗਾਂ 'ਚ ਲਿਖੀ ਹੋਈ ਸੀਗੀ ਤਾਂ ਹੀ ਅੱਜ ਬਾਪੂ ਜੀ ਸਾਡੇ ਕੋਲ ਪਹੁੰਚਿਆ ਜੀ। ਕਿੰਨੀਆਂ ਕੀ ਜਾਣਕਾਰੀਆਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਬਾਪੂ ਨੇ ਮੇਰੀ ਬੂਟ ਨਹੀਂ ਲਾਇਆ ਲੱਗਦਾ ਪਤਾ ਹੌਲੀ ਹੌਲੀ ਲਾਵਾਂਗੇ ਬਾਪੂ, ਪਰ ਇਹ ਵਾ ਕਿ ਥੋੜਾ ਜਿਹਾ ਸਬਰ ਰੱਖੀ, ਦਰਦ ਜ਼ਰੂਰ ਹੋਣੀ ਆ, ਦਰਦ ਦਰਦ ਹੋਣੀ ਆ, ਥੋੜਾ ਜਿਹਾ ਸਬਰ ਰੱਖਿਓ ਜਗ੍ਹਾ। ਲੱਤ ਨੂੰ ਸਪੋਰਟ ਰੱਖ, ਅੱਡੀ ਤੇ ਜ਼ਖਮ ਆ ਮੇਰਾ, ਅੱਡੀ ਤੇ ਖਾ ਖਤਮ ਭਾਈ ਪੈਰ ਦੀ ਘਣੀ ਪੈਰ ਗਿਆ। ਬਾਪੂ ਕਿੰਨਾ ਟਾਈਮ ਹੋ ਗਿਆ ਬੰਨੀ ਨੂੰ ਪੱਟੀ ਦਿਨ ਨਹੀਂ ਮਹੀਨੇ? ਬਾਪੂ ਬਹੁਤ ਟਾਈਮ ਜ਼ਿਆਦਾ ਹੋ ਗਿਆ। ਪਿੱਛੇ ਕਰ ਤੂੰ ਥੱਲੇ ਇਹਨਾਂ ਦੇ ਮਾਰ ਇੱਧਰ ਮਾਰ ਕੀੜੇ ਆ ਪਿੱਛੇ ਕਰ ਲੋ ਸਟੂਲ ਖਿੱਚ ਲੋ ਥੱਲੇ ਨਾਲ ਖਿੱਚ ਲੈ ਵੀਰ ਮੈਨੂੰ ਖਿੱਚ ਲੈ ਬਾਪੂ ਤੈਨੂੰ ਜਾਣਾ ਪੈਣਾ। ਮੈਂ ਤੁਹਾਨੂੰ ਉਦਣ ਦਾ ਕਹਿਣ ਡਿਆ ਸੀਗਾ ਕਿ ਤੁਸੀਂ ਮੰਨਦੇ ਨੀ ਸੀਗੇ, ਬਾਪੂ ਚਿੰਤਾ ਨਾ ਕਰੋ। ਹਾਈਡਰੋਜਨ ਲੈ ਲੈ ਸੁੱਕ ਦਵਾਂ ਪੈਸੇ ਛੋਟੀ ਸ਼ੀਸ਼ੀ ਦੱਸ ਹੁਣ ਜੇ ਛੋਟੀ ਸ਼ੀਸ਼ੀ ਦੋ ਖਾਣਾ ਫਿਰ ਦੋ ਲੈ ਪੱਟੀ ਵਗੈਰਾ ਹੈਗੀ ਕਿ ਉਹ ਵੀ ਨਹੀਂ ਨਹੀਂ ਉਹ ਸਮਝ ਸਿਮ ਸਾਡੇ ਕੋਲ ਹਾਈਡਰੋਜਨ ਜੀ ਫੋਟੋ ਕਿਤੋਂ ਕਿਤੋਂ ਨਹੀਂ ਆ ਜੀ ਇੱਦਾਂ ਇੱਥੇ ਸਾਈਡ ਤੋਂ ਜਾਣੀ ਆ। ਹਾਂ ਉਹ ਸਾਈਡ ਵਾਲਾ ਫੋਟੋ ਨੂੰ ਕਲਿੱਕ ਕਰ ਲੈਣਾ, ਵੀਡੀਓ ਤਾਂ ਨਹੀਂ ਰੁਕਣੀ? ਨਹੀਂ ਨਹੀਂ ਚੱਲੀ ਜਾਣੀ ਨਾਲ ਥੋੜ੍ਹੀ ਪਿੱਛੇ ਹੋ ਕੇ ਪਾਪੂ ਜੀ ਹੁੰਦੇ ਨੇ। ਬਾਪੂ ਹੋਇਆ ਕੀ ਸੱਤ ਕਿੱਦਾਂ ਲੱਗੀ ਸੀ? ਭਾਖਰਪੁਰੇ ਲਾਗੇ ਜੈਤੀਪੁਰਾ ਭਾਖਰਪੁਰਾ ਸਹੀ ਆ ਭਾਖਰਪੁਰੇ ਦਾ ਪਤਾ ਭਾਖਰਪੁਰਾ ਤੇ ਉੱਥੇ ਪਿੰਡ ਖਾਸ ਮਾਂ ਪਿਓ ਕੋਈ ਮੁੰਡਾ ਬਾਪੂ ਪੜਾ ਰਹੇ ਕੋਲ ਲੈਂਦੇ ਆ
ਮੇਰੇ ਗੱਡਿਆਂ 'ਚ ਸਾਰਾ ਪਤਾ ਲੱਗ ਜਾਣਾ, ਫੋਨ ਨੰਬਰ ਵੀ ਹੋਣਾ ਵਾ। ਤੁਹਾਡਾ ਵਿਆਹ ਨਹੀਂ ਕੋਈ, ਮਤਲਬ ਭਰਾ ਤੁਹਾਡਾ ਹੈਗਾ ਕੋਈ, ਭੈਣ ਹੋਵੇ? ਕੋਈ ਨੀ, ਲਵ ਹੁੰਦਾ ਤੇ ਕਿਵੇਂ ਪਤਾ ਨਾ ਲੈਂਦਾ ਕੋਈ ਆਵੇ। ਬਾਪੂ ਦੀ ਨੈਸ਼ਨਲ ਬੈਂਕ ਦੀ ਕੀ ਨਾ ਬਾਪੂ ਦਾ ਜੈਂਤੀਪੁਰ ਲਾਗੇ ਆ, ਓਲਾ ਪਾਖਰਪੁਰੇ ਲਾਗੇ ਹੀ ਹੈਗੇ। ਨਾਂ ਨੀ ਇੱਥੇ ਹੈਗਾ ਬਾਪੂ? ਇੱਥੇ ਨਾਂ ਨੀ ਹੈਗਾ। ਅੱਗੇ ਖੋਲ ਕੇ ਗਏ ਪੂਰੀ ਬਾਪੂ, ਆ ਪੈਸੇ ਵੀ ਜਮ੍ਹਾਂ ਕਰਵਾਉਂਦੇ ਰਹੇ ਆ, ਤੁਸੀਂ ਕਰਵਾਉਂਦੇ ਰਹੇ ਆ ਹੈ, ਕੰਮ ਕਰਦੇ ਨਹੀਂ ਕਿ ਉਦੋਂ? ਉਹ ਸਰ ਨੂੰ ਮਾਫ ਕਰ ਸਰ ਮਾਫ ਡਾਕਟਰ ਸਾਹਿਬ ਵੀ ਮਾਫ ਥੋੜੀ ਡਰੈਸਿੰਗ ਵਗੈਰਾ ਤੇ ਹੋ ਸਕਦੀ ਹੈ ਨਾ, ਡਰੈਸਿੰਗ ਵਗੈਰਾ ਹੋ ਜੇ ਤੇ ਇਹਨਾਂ ਨੂੰ ਉੱਥੇ ਲੁਧਿਆਣੇ ਭੇਜ ਦੇਣਾ ਵਾ, ਉੱਥੇ ਸੁਸਾਇਟੀ ਆ ਮੁਫਤਾਂ ਦੀ ਸੇਵਾ, ਉਹਨਾਂ ਕੋਲ ਭੇਜ ਦੇਣਾ, ਉਹ ਇਲਾਜ ਕਰਵਾਉਂਦੇ ਆ, ਰੱਖਦੇ ਆ, ਇਹਨਾਂ ਵਰਗੇ ਮਰੀਜ਼ਾਂ ਨੂੰ ਸਾਂਭਦੇ ਆ ਸਾਰੇ। ਇਸੇ ਕਰਕੇ ਉਹਨਾਂ ਦੀ ਟਰਾਈ ਕਰਨ ਡੇ ਬਾਪੂ, ਤੁਰਦੇ ਨਹੀਂ ਗੇ ਨਾਲ, ਅਤੇ ਅੱਜ ਲੈ ਕੇ ਆਏ ਹਾਂ। ਵੇਖ ਵੇਖ ਕੇ ਪਤਾ ਲੱਗ ਗਿਆ ਭਾਈ ਕੱਟਣਾ ਪੈਣਾ ਹੈ, ਇਹਦਾ ਇਲਾਜ ਨਹੀਂ ਹੋਣਾ। ਨਾਮ ਵੀ ਹੈਗਾ ਵਾ ਦਾਰਾ ਸਿੰਘ, ਦਾਰਾ ਸਿੰਘ ਕੌਮ ਪਿੰਡ, ਐਡਰੈਸ ਆ ਪਿੰਡ ਦਾ ਬਸ, 2015 ਦਾ ਖਾਤਾ ਬਾਪੂ ਦਾ। ਇਹ ਰੱਖ ਸਾਂਭ ਕੇ ਲਾਵੇ ਕੰਮ ਆਉਣਾ, ਹਾਂਜੀ ਵੀਰ ਜੀ, ਇਹ ਨਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਸ਼੍ਰੀ ਬਾਬਾ ਬਕਾਲਾ ਸਾਹਿਬ ਦੀ, ਅਤੇ ਇਹ ਗੁਰਦੁਆਰਾ ਸਾਹਿਬ ਦੇ ਲੈਟਰਿੰਗ ਬਾਥਰੂਮ ਆ, ਇੱਥੇ ਪਾਰਕਿੰਗ ਦੇ ਵਿੱਚ ਹੀ, ਸ਼੍ਰੀ ਬਾਬਾ ਬਕਾਲਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਹੀ ਬਾਥਰੂਮ ਹੈ, ਅਤੇ ਇਹ ਵਾ ਉਹ ਪਾਣੀ ਵਾਲੀ ਟੈਂਕੀ ਗੁਰਦੁਆਰਾ ਸਾਹਿਬ ਦੇ, ਜਿੱਥੇ ਉਹ ਬਜ਼ੁਰਗ ਦਾਰਾ ਸਿੰਘ ਜੀ ਜਿਸ ਟੈਂਕੀ ਦੇ ਥੱਲੇ ਰਾਤ ਸੌਂਦੇ ਆ, ਦਿਨੇ ਧੁੱਪੇ ਉੱਥੇ ਬੈਠੇ ਰਹਿੰਦੇ ਆ, ਅਤੇ ਕੱਲ੍ਹ ਆ ਇਹਨਾਂ ਨੇ ਡਰੈਸਿੰਗ ਕਰਵਾਈ ਆ, ਡਰੈਸਿੰਗ ਕਰਵਾਈ ਆ, ਬਜ਼ੁਰਗ ਇੱਥੇ ਬੈਠੇ ਰਹਿੰਦੇ ਆ। ਇਹ ਪਾਰਕਿੰਗ ਆ, ਉਹ ਪਰਲੀ ਸਾਈਡ ਮੋਟਰਸਾਈਕਲ ਦੀ ਪਾਰਕਿੰਗ ਆ, ਇੱਧਰ ਗੱਡੀਆਂ ਦੀ ਪਾਰਕਿੰਗ ਆ ਗੁਰਦੁਆਰਾ ਸਾਹਿਬ ਦੀ, ਉਹ ਸਾਹਮਣੇ ਸ਼੍ਰੀ ਗੁਰਦੁਆਰਾ ਸਾਹਿਬ ਆ, ਗੁਰਦੁਆਰਾ ਬਾਬਾ ਬਕਾਲਾ ਸਾਹਿਬ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ। ਅਤੇ ਇਹ ਆ ਉਹ ਬਜ਼ੁਰਗ ਦਾਰਾ ਸਿੰਘ ਜੀ, ਆ ਕੱਲ੍ਹ ਇਹਨਾਂ ਦੀ ਡਰੈਸਿੰਗ ਕਰਵਾਈ ਆ, ਅਤੇ ਆ ਹੁਣੇ ਆਏ ਸੀਗੇ, ਅਤੇ ਇਹਨਾਂ ਨੂੰ ਕੱਲ੍ਹ ਪੱਟੀਆਂ ਕਰਵਾਉਣ ਦਾ ਕਰਕੇ ਨਾ, ਅਤੇ ਹੁਣ ਚੱਲਣ ਦੇ ਵਿੱਚ ਪ੍ਰੋਬਲਮ ਸੀਗੀ, ਅਤੇ ਹੁਣੇ ਚੁੱਕ ਕੇ ਆ ਸਾਹਮਣੇ ਟੋਇਲਟ ਬਾਥਰੂਮ ਆ, ਇੱਥੇ ਹੁਣੇ ਟੋਇਲਟ ਬਾਥਰੂਮ ਕਰਵਾ ਕੇ ਲੈ ਕੇ ਆਏ ਹਾਂ। ਅਤੇ ਹਾਲਾਤ ਜਾਣੀ ਕਿ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਬਜ਼ੁਰਗ ਵਾਸਤੇ। ਇਹ ਉਹ ਬਜ਼ੁਰਗ ਵਾ ਤਾਰਾ ਸਿੰਘ, ਇਹ ਇੱਥੇ ਹੀ ਸੌਂਦੇ ਆ, ਅਤੇ ਇੱਥੇ ਹੀ ਕਿ ਇਹ ਬਹਿੰਦੇ ਆ, ਅਤੇ ਆਉਂਦਾ ਜਾਂਦਾ ਕੋਈ ਇਹਨਾਂ ਨੂੰ ਪ੍ਰਸ਼ਾਦਾ ਲਿਆਉਣ ਦਿੰਦਾ ਵਾ, ਕਿਸੇ ਕੋਲੋਂ ਪਾਣੀ ਮੰਗਵਾ ਲੈਂਦੇ ਆ। ਇਹ ਸਾਹਮਣੇ ਗੁਰਦੁਆਰਾ ਸਾਹਿਬ ਆ, ਇੱਧਰ ਆ ਸਾਹਮਣੇ ਅੰਦਰ ਲੋਹਾਂ ਵਾ, ਇੱਥੇ ਪ੍ਰਸ਼ਾਦੇ ਤਿਆਰ ਹੁੰਦੇ ਆ। ਇਹ ਪਾਰਕਿੰਗ ਆ ਸਾਰੀ,
ਉਹ ਬੈਠੇ ਆ ਬਜ਼ੁਰਗ ਇਸ ਟੈਂਕੀ ਦੇ ਥੱਲੇ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਆ ਅਤੇ ਰਾਤ ਨੂੰ ਵੀ ਇੱਥੇ ਹੀ ਸੌਂਦੇ ਆ ਕੋਈ ਹੈ ਨਹੀਂ ਆ ਸਾਂਭਣ ਵਾਲਾ ਇਸ ਜਗ੍ਹਾ 'ਤੇ ਬਜ਼ੁਰਗ ਰਹਿੰਦੇ ਹਾਂਜੀ ਵੀਰ ਜੀ ਆ ਨਾ ਗੁਰਦੁਆਰਾ ਸਾਹਿਬ ਦੀ ਬਾਬਾ ਬਕਾਲਾ ਸਾਹਿਬ ਦੀ ਪਾਰਕਿੰਗ ਆ ਅਤੇ ਇਹ ਆ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੀ ਅਤੇ ਆ ਜਿਹੜੀ ਟੈਂਕੀ ਆ ਜਿੱਥੇ ਉਹ ਬਜ਼ੁਰਗ ਉਹਦੇ ਟੈਂਕੀ ਦੇ ਥੱਲੇ ਬੈਠਦੇ ਆ ਉਹ ਗੁਰਦੁਆਰਾ ਸਾਹਿਬ ਹੈ ਵੀਰ ਜੀ ਸਾਹਮਣੇ ਅਤੇ ਆ ਉਹ ਬਜ਼ੁਰਗ ਵਾ ਆ ਟੈਂਕੀ ਦੇ ਥੱਲੇ ਬੈਠੇ ਹੋਏ ਜਿਹੜੇ ਅਤੇ ਇਹਨਾਂ ਦੀ ਲੱਤ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਆ ਬਾਪੂ ਉੱਪਰ ਕਰੋ ਮਾੜਾ ਬਿਲਕੁਲ ਜ਼ਿਆਦਾ ਹੀ ਮਤਲਬ ਗਲੀ ਹੋਈ ਹੈ ਲੱਤ ਇਹ ਤਾਂ ਹਾਲੇ ਆ ਉਹ ਪੱਟੀ ਜਿਹੜੀ ਉੱਪਰ ਵੱਜੀ ਹੋਈ ਹੈ ਨਾ ਜੇ ਆਪਾਂ ਇਹਨੂੰ ਖੋਲ੍ਹਾਂਗੇ ਉਸ ਦਿਨ ਅਸੀਂ ਨਾ ਦੋ ਦਿਨ ਬਾਅਦ ਪੱਟੀ ਖੋਲ੍ਹੀ ਸੀ ਅਤੇ ਬਹੁਤ ਜ਼ਿਆਦਾ ਕੀੜੇ ਪਏ ਹੋਏ ਸੀਗੇ ਅਤੇ ਹੁਣ ਵੀ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਮੱਖੀਆਂ ਵੜ ਵੜ ਨਿਕਲ ਰਹੀਆਂ ਵਾ ਵੀਰੇ ਅਤੇ ਬਹੁਤ ਹੀ ਜ਼ਿਆਦਾ ਮਤਲਬ ਵੀ ਲੱਤ ਦੀ ਹਾਲਤ ਤਾਂ ਬਹੁਤ ਜ਼ਿਆਦਾ ਖਰਾਬ ਆ ਬਾਕੀ ਤੁਸੀਂ ਜਦੋਂ ਆਪਾਂ ਖੋਲ੍ਹਾਂਗੇ ਤਾਂ ਉੱਥੋਂ ਲੱਗ ਜਾਣਾ ਪਤਾ ਇਹ ਬਜ਼ੁਰਗ ਆ ਦਾਰਾ ਸਿੰਘ ਜੀ ਹਾਂ ਬਾਪੂ ਜਾਣਾ ਨਾ ਲਾਈ ਕਰਾਉਣ ਜਾਣਾ ਨਾ ਇਹ ਜਿਹਦੇ ਸਾਹਮਣੇ ਗੁਰਦੁਆਰਾ ਸਾਹਿਬ ਆ ਬਾਬਾ ਬਕਾਲਾ ਸਾਹਿਬ ਹਾਂਜੀ ਹਾਂਜੀ ਪਜਾਮਾ ਠਾਂ ਕਰ ਲਓ ਅਤੇ ਬਾਕੀ ਇਹਨਾਂ ਦੀ ਮੈਂਟਲੀ ਹਾਲਤ ਬਿਲਕੁਲ ਠੀਕ ਠਾਕ ਵਾ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਆ ਜਿਹੜੀ ਲੱਤ ਦੀ ਪ੍ਰੋਬਲਮ ਆ ਇਲਾਜ ਖੂਣੋ ਹੀ ਮਤਲਬ ਵੀ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਗਈ ਇਹਨਾਂ ਦੀ